لکھاں وی سامنے ہون تے پٹھ نہ لگن دے
ਪਿਆਰ ਵਿੱਚ ਆਖੋ ਸਤਨਾਮ ਦੀਵਾਨੇ ਬਣ ਕੇ ਗੁਰੂ ਨਾਨਕ ਦੇ ਚਰਨਾਂ ਦੇ ਭੋਰੇ ਬਣ ਕੇ ਗੁਰੂ ਨਾਨਕ ਦੇ ਚਰਨਾਂ ਦੇ ਆਸ਼ਕ ਬਣ ਕੇ ਭਿੱਜ ਕੇ ਆਖੋ ਸਤਨਾਮ ਇਹ ਪ੍ਰਕਰਨ ਸ਼ੁਰੂ ਕਰਨ ਦਾ مقصد ایک کلے نال ساڈی یاری پہ جائے اس پرکرن دے شروع کرن دا گرو والوں بنایا ہویا سپنا کسے بیڑے دی نندیا بھی نہ ہووے تے ایک بیڑے وچ ساڈا سات سنگت واسا ہو جائے آ میرا گرو نانک دوسرے اُدے اگے چولیاں اڈن سرشتی اسنوں گا رہی ہووے ਇਸੇ ਜਨਮ ਵਿੱਚ ਮੇਰੀ ਵੀ ਅਵਸਥਾ ਬਣ ਜਾਵੇ ਮੰਜ ਨਿਵਾਣੀ ਇੱਕ ਤੋਂ ਇਸੇ ਜਨਮ ਵਿੱਚ ਮੇਰੀ ਵੀ ਇਹ ਅਵਸਥਾ ਬਣ ਜਾਵੇ ਕੁਝ ਦਿਨ ਕਮਣ ਹਵਾਰ ਇਸੇ ਜਨਮ ਵਿੱਚ ਮੈਨੂੰ ਵੀ ਇਹ ਪੌੜੀ ਮਿਲ ਜਾਵੇ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾ ਵਣਜਾਰੇ ਵੀ ਤੈਨੂੰ ਗਾ ਰਹੇ ਸਿੰਧੀ ਵੀ ਗਾ ਰਹੇ ਸਿੱਖ ਵੀ ਹਿੰਦੂ ਵੀਰ ਵੀ ਮੁਸਲਮਾਨ ਵੀਰ ਵੀ ਤਿਬਤੀ ਵੀ ਸਿੱਧ ਵੀ ਫਕੀਰ ਵੀ ਔਲੀਏ ਵੀ ਫਿਰ ਆਪਾਂ ਆਏ ਸਾਂ ਜੜ ਜੂਨਾ ਹੁਣ ਚੱਲ ਰਹੀ ਹੈ ਬਨਸਪਤੀ ਅੱਜ 12ਵਾਂ ਭਾਗ ਹੈ ਗੁਰੂ ਨਾਨਕ ਮਹਾਰਾਜ ਤੈਨੂੰ ਬਨਸਪਤੀ ਵੀ ਆ ਪੇੜ ਫਲ ਬੂਟੇ ਪੌਦੇ ਵੀ ਗਾ ਰਹੇ ਨੇ ਜਿਸ ਬੂਟੇ ਤੇ ਤੇਰੀ ਨਜ਼ਰ ਹੋ ਰਹੀ ਜਿੱਥੇ ਗਰੀਬ ਨਿਵਾਜ ਸੱਚਿਆ ਪਾਤਸ਼ਾਹ ਤੂੰ ਲਾਡ ਲੜਾ ਦਿੱਤਾ ਅੱਜ ਉਸ ਬਨਸਪਤੀ ਦਾ ਵੀ ਸਤਿਕਾਰ ਤੇਰੇ ਕਰਕੇ ਤੁਹਾਡਾ ਬਾਬਾ ਨਾਨਕ ਵੇਖ ਲਓ ਮੇਰਾ ਘਰ ਟਿਕ ਕੇ ਆਰਾਮ ਨਹੀਂ ਕੀਤਾ ਦੁਨੀਆਂ ਨੂੰ ਤਾਰਨ ਲਈ ਸੁਲਤਾਨਪੁਰ ਲੋਧੀ ਉੱਥੋਂ ਗਏ ਨੇ ਦੁਨੀਆਂ ਨੂੰ ਤਾਰਨ ਲਈ ਵੈਰੋਵਾਲ ਉੱਥੋਂ ਗਏ ਨੇ ਦੁਨੀਆਂ ਨੂੰ ਤਾਰਨ ਲਈ ਪਿਤਾ ਜੀ ਜਲਾਲਾਬਾਦ
ਉਥੋਂ ਗਏ ਨੇ ਦੁਨੀਆ ਨੂੰ ਤਾਰਨ ਲਈ ਕੀੜੀਆ ਪਠਾਨ ਇਲਾਕੇ ਦਾ ਨਾਂ ਹੈ ਉਥੋਂ ਗਏ ਨੇ ਦੁਨੀਆ ਨੂੰ ਤਾਰਨ ਲਈ ਸੈਦਪੁਰ ਤੇ ਅੱਜ ਜਿਹੜਾ ਜ਼ਿਕਰ ਹੈ ਮੌਜ ਆ ਗਈ ਬਾਬਾ ਜੀ ਦੀ ਤੇ ਚਲੇ ਗਏ ਸਿੱਧੇ ਸਿਆਲਕੋਟ ਸੈਦਪੁਰ ਤੋਂ ਸਿਆਲਕੋਟ ਸਿਆਲਕੋਟ ਅੱਜ ਵੀ ਗੁਰਦੁਆਰਾ ਬੇਰ ਸਾਹਿਬ ਹੈ ਉਹਨੂੰ ਬੇਰ ਨੂੰ ਸਾਹਿਬ ਦਾ ਖਿਤਾਬ ਮਿਲ ਗਿਆ ਗੁਰਦੁਆਰਾ ਬਣ ਗਿਆ ਹੈ ਉਹ ਬੇਰੀ ਬਨਸਪਤੀ ਏ ਕਾਰਨ ਕੀ ਗੁਰੂ ਨਾਨਕ ਮਹਾਰਾਜ ਤੂੰ ਉਹਦੇ ਥੱਲੇ ਬਹਿ ਗਿਆ ਜਾ ਇਹ ਲਿਖਿਆ ਸਿਆਲਕੋਟ ਵਿੱਚ ਉਸ ਬੇਰੀ ਦੇ ਥੱਲੇ ਮੇਰੇ ਮਹਾਰਾਜ ਜੀ ਬੈਠੇ ਤੇ ਗੁਰੂ ਨਾਨਕ ਦੇ ਮੁੱਖ ਚੋਂ ਨਿਕਲਿਆ ਮਰਦਾਨਿਆਂ ਬੇੜੀ ਦੀ ਛਾਂ ਬੜੀ ਠੰਡੀ ਹੈ ਮਰਦਾਨਿਆਂ ਬੇੜੀ ਦੀ ਛਾਂ ਬੜੀ ਠੰਡੀ ਏ ਕਿੰਨਾ ਆਨੰਦ ਆ ਰਿਹਾ ਤੇ ਮਰਦਾਨਾ ਕਹਿੰਦਾ ਜੀ ਆਨੰਦ ਕਿੱਥੇ ਆ ਰਿਹਾ ਇਹ ਬੇਰੀ ਦੇ ਕੋਲ ਕਬਰਸਤਾਨ ਹੈ ਕਬਰਾਂ ਸੀ ਜੀ ਕਬਰਾਂ ਮਰਦਾਨਾ ਕਹਿੰਦਾ ਮਹਾਰਾਜ ਇਹ ਕਬਰਾਂ ਦੇ ਕੋਲ ਬੇਰੀ ਹੈ ਇੰਨੀ ਭੈੜੀ ਜਗ੍ਹਾ ਕਬਰਾਂ ਤੇ ਕਬਰਸਤਾਨ ਦੇ ਕੋਲ ਬੇਰੀ ਤੁਸੀਂ ਕਹਿੰਦੇ ਹੋ ਕਿੰਨੀ ਛਾਂ ਠੰਡੀ ਹੈ ਆਨੰਦ ਆ ਰਿਹਾ ਮਹਾਰਾਜ ਸ਼ਹਿਰ ਚ ਚੱਲੀਏ ਤੇ ਉਜਾੜੇ ਕਬਰਾਂ ਨੇ ਅੱਗੋਂ ਤੁਹਾਡਾ ਪਿਤਾ ਬਾਬਾ ਨਾਨਕ ਕਹਿੰਦਾ ਹੈ ਮਰਦਾਨਿਆਂ ਉਹ ਮਰਦਾਨਿਆਂ ਕਰਤਾਰ ਕਬਰਾਂ ਚ ਵੀ ਵਸਦਾ ਹੈ ਹਾਏ 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 ਕਰਤਾਰ ਉਜਾੜ ਚ ਵੀ ਵਸਦਾ ਹੈ ਕਰਤਾਰ ਸ਼ਹਿਰ ਚ ਵੀ ਵਸਦਾ ਹੈ ਕਰਤਾਰ ਜਿੱਥੇ ਵੀ ਚੇਤੇ ਆ ਜਾਵੇ ਤੇ ਆਨੰਦ ਬਣ ਜਾਂਦਾ ਕਹਿ ਦਿਓ ਗੱਜ ਕੇ ਸਤਨਾਮ ਉਹ ਮਰਦਾਨਿਆਂ ਇਸ ਬੇਰੀ ਇਸ ਜਗ੍ਹਾ ਤੇ ਕਰਤਾਰ ਨੇ ਭੇਜਿਆ ਉਹਦੇ ਭੇਜਣ ਦਾ ਕੋਈ ਕਾਰਨ ਹੈ ਮਰਦਾਨਾ ਜੀ ਕਹਿੰਦੇ ਫਿਰ ਮਹਾਰਾਜ ਫਿਰ ਦੱਸੋ ਕਾਰਨ ਫਿਰ ਦੱਸੋ ਮਹਾਰਾਜ ਕਾਰਨ ਇਹ ਸਿਆਲਕੋਟ ਚ ਬੇਰੀ ਹੈ ਜੀ ਜਿਹਦੇ ਥੱਲੇ ਮਹਾਰਾਜ ਬੈਠੇ ਤੇ ਮਹਾਰਾਜ ਕਹਿੰਦੇ ਫਿਰ ਮਰਦਾਨਿਆਂ ਐ ਲੈ ਫਿਰ ਕਾਰਨ ਉਹ ਸਾਹਮਣੇ ਇੱਕ ਗੁੰਬਦ ਨਜ਼ਰ ਆ ਰਿਹਾ ਹਾਂਜੀ ਮਹਾਰਾਜ ਆ ਰਿਹਾ ਬੇਰੀ ਤੋਂ ਗੁੰਬਦ ਨਜ਼ਰ ਆ ਰਿਹਾ ਮਹਾਰਾਜ ਕਹਿੰਦੇ ਉਸ ਗੁੰਬਦ ਦੇ ਵਿੱਚ ਅੰਦਰ ਇੱਕ ਪੀਰ ਬੈਠਾ ਹੈ ਤੇ ਤੂੰ ਜਾ ਸਾਡਾ ਸੁਨਿਆ ਦੇ ਉਸ ਪੀਰ ਨੂੰ ਸਾਡਾ ਸੁਨਿਆ ਦੇ ਹਾਏ ਹਾਏ ਸੁਨੇ ਦੇ ਲਫ਼ਜ਼ ਸੁਣਿਓ ਸੂਰਜ ਪ੍ਰਕਾਸ਼ ਜੀ ਵੀ ਲਿਖੇ ਹੈ ਭਾਈ ਵੀਰ ਸਿੰਘ ਜੀ ਨੇ ਔਰ ਇਹਨਾਂ ਚੀਜ਼ਾਂ ਨੂੰ ਘਰਾਂ 'ਚ ਲਿਆਓ ਤਾਂ ਕਿ ਸਾਡੇ ਘਰਾਂ 'ਚੋਂ ਹਉਮੈ ਨਿਕਲੇ ਮਹਾਰਾਜ ਨੇ ਆਹ ਸੁਨਿਆ ਨਹੀਂ ਦਿੱਤਾ ਜਾਂ ਪੀਰ ਨੂੰ ਕਹਿ ਗੁਰੂ ਨਾਨਕ ਆਇਆ ਮਿਲਣਾ ਮੈਂ ਹੈਰਾਨ ਹੋ ਗਿਆ ਸੂਰਜ ਪ੍ਰਕਾਸ਼ ਤੇ ਭਾਈ ਵੀਰ ਸਿੰਘ ਜੀ ਦੇ ਲਫ਼ਜ਼ ਪੜ੍ਹ ਕੇ ਗੁਰੂ ਨਾਨਕ ਕਹਿੰਦੇ ਮਰਦਾਨਿਆਂ ਜਾਂ ਪੀਰ ਨੂੰ ਸੁਣਿਆ ਦੇ ਉਸ ਵਾਹਿਗੁਰੂ ਦਾ ਢਾਡੀ ਆਇਆ ਉਸ ਵਾਹਿਗੁਰੂ ਦਾ ਢਾਡੀ ਆਇਆ ਤੇ ਇਹ ਪੀਰ ਜੀ ਤੁਹਾਨੂੰ ਮਿਲਣਾ ਚਾਹੁੰਦਾ ਉਹ ਢਾਡੀ ਤੁਸੀਂ ਆ ਜਾਓ ਤਾਂ ਵੀ ਵਧੀਆ ਨਹੀਂ ਤੇ ਆਗਿਆ ਦਿਓ ਤੇ ਅਸੀਂ ਮਿਲਣ ਆ ਜਾਂਦੇ ਐਸਾ ਵੇਖੋ ਗੁਰੂ ਨਾਨਕ ਰੱਬ ਏ ਪਰਮੇਸ਼ਰ ਏ ਪਰ ਗੁਰੂ ਨਾਨਕ ਨੇ ਆਪਣੇ ਆਪ ਨੂੰ ਉਸ ਕਰਤਾਰ ਦਾ ਢਾਡੀ ਆਖਿਆ ਕੁ ਸਤਨਾਮ ਢਾਡੀ ਇਹੋ ਜਿਹਾ ਢਾਡੀ ਆਖਿਆ ਢ
ਸਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਕਦੇ ਨਾ ਛੋੜੇ ਦਰ ਕਦੇ ਨਾ ਛੋੜੇ ਦਰ ਕਦੇ ਨਾ ਛੋੜੇ ਸਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਕਦੇ ਨਾ ਛੋੜੇ سارے گرمخ ساڈی در پرب منگنا در کدے نہ چھوڑے در کدے نہ چھوڑے او بھنوں در کدے نہ چھوڑے در کدے نہ چھوڑے او بھنوں ਅੱਜ ਕੇ ਕਹਦੇ ਸਤ ਮਰਦਾਨਾ ਜੀ ਪਹੁੰਚੇ ਪੀਰ ਦੇ ਚੇਲੇ ਮਿਲੇ ਮਰਦਾਨਾ ਜੀ ਕਹਿੰਦੇ ਵੀ ਜੋ ਗੁਰੂ ਨਾਨਕ ਨੇ ਆਖਿਆ ਆ ਕਹੀਂ ਉਸ ਵਾਹਿਗੁਰੂ ਦਾ ਟੱਟ ਮਿਲਣਾ ਚਾਹੁੰਦਾ ਉਹਨੇ ਚੇਲਿਆਂ ਨੂੰ ਆਖਿਆ ਵੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਉਸ ਵਾਹਿਗੁਰੂ ਦੇ ਢਾਡੀ ਮਿਲਣਾ ਚਾਹੁੰਦੇ ਪੀਰ ਅੱਗੋ ਚੇਲੇ ਕੀ ਕਹਿੰਦੇ ਆ ਓਹੋ ਜਿਹਨੂੰ ਕਹਿੰਦੇ ਪੂਰੀ ਸਿਰੇ ਦੀ ਹੋਮੇ ਕਹਿੰਦੇ ਜਾ ਆਪਣੇ ਗੁਰੂ ਨਾਨਕ ਨੂੰ ਕਹਿ ਦੇ ਸਾਡੇ ਪੀਰ ਨੇ ਸ਼ਿਲਾ ਰੱਖਿਆ ਹੋਇਆ ਸ਼ਿਲਾ چالی دن دا شلا رکھیا ہے ساڈے پیر نے چالی دن کسے منوکھ دے متھے نہیں لگے دوجی گل کئی ساڈے پیر نے چالی دن روشنی دے بھی متھے نہیں لگنا سورج دے چاننے دے تیجی گل کئی جڑا انہیں چالی دن دا چلا رکھے تے چالی دانے چولاں دے تے چالی گلاس پانی دے کڑے چپا کے رکھے نے ایک چولاں دے دانے تے چوی گھنٹے کٹنے نے چلو تپسیا دے حساب نال ساریاں گلاں جویں وی پر جڑی اگلی گل کہی ہے نا وہ غلط ہے ਮਰਦਾਨਾ ਜੀ ਕਹਿੰਦੇ ਐਡਾ ਸਖਤ ਚੇਲਾ ਇੱਕ ਦਾਣਾ ਚੋਲਾਂ ਦਾ ਰੋਜ਼ ਖਾਣਾ ਗਲਾਸ ਪਾਣੀ ਉਹਦੇ ਤੇ ਚੌਵੀ ਘੰਟੇ ਕੱਟਣੇ ਰੋਸ਼ਨੀ ਦੇ ਨਹੀਂ ਮੱਥੇ ਲੱਗਣਾ ਮਨੁੱਖ ਦੇ ਨਹੀਂ ਲੱਗਣਾ ਆ ਤੇ ਦੱਸੋ ਇਹ ਪੀਰ ਨੇ ਸ਼ਿਲਾ ਰੱਖਿਆ ਕਿਉਂ ਹੈ ਆਹ ਕੰਮ ਜੇ ਗਲਤ ਜਿਹਦੇ ਕਰਕੇ ਗੁਰੂ ਨਾਨਕ ਆਏ ਨੇ ਕਹਿੰਦੇ ਆ ਚਿਲਾ ਆ ਸ਼ਿਲਾ ਤਾਂ ਰੱਖਿਆ ਚਾਲੀ ਦਿਨ ਦਾ ਇੰਨਾ ਸਖਤ ਕਿ ਜਿਹੜਾ ਸਿਆਲਕੋਟ ਸ਼ਹਿਰ ਏ ਪੀਰ ਕਹਿੰਦਾ ਮੈਂ ਇਹਨੂੰ ਗਰਕ ਕਰਨਾ ਹੈ ਇਹ ਸ਼ਹਿਰ ਨੂੰ ਗਰਕ ਕਰਨਾ ਹੈ ਆ ਸ਼ਿਲਾ ਰੱਖਿਆ ਇਸ ਕਰਕੇ ਸਾਡਾ ਪੀਰ ਤੈਨੂੰ ਨਹੀਂ ਮਿਲ ਸਕਦਾ ਅੱਗੋਂ ਮਰਦਾਨਾ ਜੀ ਕਹਿੰਦਾ ਇਹ ਸੁਣਿਆ ਮੇਰਾ ਨਹੀਂ ਇਹ ਸੁਣਿਆ ਗੁਰੂ ਨਾਨਕ ਦਾ ਹੈ ਤੁਸੀਂ ਦੱਸਦੇ ਦਿਓ ਵੀ ਗੁਰੂ ਨਾਨਕ ਦਾ ਸੁਣਿਆ ਹੈ ਕਹਿਣ ਲੱਗੇ ਤੈਨੂੰ ਆਖਿਆ ਸਾਡੇ ਪੀਰ ਨੇ ਕਿਸੇ ਮਨੁੱਖ ਨੂੰ ਨਹੀਂ ਮਿਲਣਾ ਨਾ ਰੋਸ਼ਨੀ ਦੇ ਅਸੀਂ ਪੀਰ ਦਾ ਹੁਕਮ ਮੰਨੀਏ ਕਿ ਤੇਰਾ ਤੂੰ ਚੱਲ ਆ ਮਰਦਾਨਾ ਜੀ ਵਾਪਸ ਆ ਗਏ ਗੁਰੂ ਨਾਨਕ ਮਹਾਰਾਜ ਉਹਨਾਂ ਨੇ ਆ ਆਖਿਆ ਗੁਰੂ ਨਾਨਕ ਮਹਾਰਾਜ ਕਹਿੰਦੇ ਮਰਦਾਨਿਆ ਫੇਰ ਜਾ ਸਾਡਾ ਫਰਜ਼ ਸੁਚੇਤ ਕਰਨਾ ਜਾ ਫੇਰ ਜਾ ਤੇ ਜਾ ਕੇ ਕਹਿ ਕੇ ਹੁਣੇ ਜਦੋਂ ਸੂਰਜ ਪੂਰਾ ਦੁਪਹਿਰ ਨੂੰ ਆਉਂਦਾ ਨਾ ਜੀ ਥੱਲੇ ਜਾ ਕੇ ਕਹਿ ਜਦੋਂ ਸੂਰਜ ਪੂਰਾ ਦੁਪਹਿਰ ਦਾ ਭਖਿਆ ਥੱਲੇ ਨੂੰ ਆਏਗਾ ਤੇ ਇਹ ਗੁੰਬਦ ਫਟ ਜਾਏਗਾ
ਜਿਵੇਂ ਖਰਬੂਜੇ ਦੀ ਪਾੜੀ ਖੁੱਲਦੀ ਹੈ ਨਾ, ਇਹ ਇਸ ਤਰ੍ਹਾਂ ਗੁੰਮਦ ਫਟ ਜਾਏਗਾ ਤੇ ਉਹ ਸਾਰੀ ਰੋਸ਼ਨੀ ਅੰਦਰ ਆਊ। ਉਹ ਕਹਿੰਦਾ ਮੱਥੇ ਨਹੀਂ ਲੱਗਣਾ, ਜਾ ਇੱਕ ਵਾਰੀ ਫਿਰ। ਭਾਈ ਮਰਦਾਨਾ ਜੀ ਦੁਬਾਰਾ ਸੁਣਿਆ, ਲੈ ਕੇ ਗਏ, ਉਹਨੇ ਫਿਰ ਭੇਜਤਾ। ਇਤਿਹਾਸ ਲਿਖਿਆ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਹੁਣ ਇੱਕ ਵਜੇ ਜਦੋਂ ਸੂਰਜ ਸਿਖਰ ਤੇ ਆਉਣਾ ਹੈ ਤੇ ਗੁੰਬਦ ਫਟਣਾ ਹੈ। ਕਹਿੰਦੇ ਸਾਰਾ ਸ਼ਹਿਰ ਇਕੱਠਾ ਹੋ ਗਿਆ ਜੀ, ਕੁਝ ਬੇਰੀ ਕੋਲ, ਕੁਝ ਗੁੰਬਦ ਕੋਲ, ਸਾਰਾ ਸ਼ਹਿਰ। ਹੁਣ ਗੁਰੂ ਨਾਨਕ ਦਾ ਬਚਨ ਸੀ, ਕਹਿੰਦੇ ਜਦੋਂ ਸੂਰਜ ਪੂਰਾ ਜੋਬਨ ਤੇ ਇੱਕ ਵਜੇ ਦੇ ਕਰੀਬ ਆਇਆ ਤੇ ਸਾਧ ਸੰਗਤ ਕਹਿੰਦੇ ਉਹ ਗੁੰਬਦ ਨਾ ਖਰਬੂਜੇ ਦੀ ਫਾੜੀ ਵਾਂਗ ਇੰਜ ਫਟ ਗਿਆ। ਜਦੋਂ ਫਟ ਗਿਆ ਅੰਦਰ ਰੋਸ਼ਨੀ ਆਈ, ਇਹ ਹਮਜ਼ਾ ਗੋਸ ਪੀਰ ਆਪਣੇ ਚੇਲਿਆਂ ਨੂੰ ਕਹਿੰਦਾ ਸ਼ਹਿਰ ਗਰਕ ਹੋ ਗਿਆ, ਆਖੋ ਸਾਧਨਾ ਸ਼ਹਿਰ ਗਰਕ ਹੋ ਗਿਆ। ਉਹ ਕਹਿੰਦੇ ਜੀ ਸ਼ਹਿਰ ਤੇ ਨਹੀਂ ਗਰਕ ਹੋਇਆ, ਜਿਸ ਗੁੰਬਦ ਚ ਤੁਸੀਂ ਸ਼ਿਲਾ ਰੱਖਿਆ ਉਹ ਗਰਕ ਹੋ ਗਿਆ, ਸ਼ਹਿਰ ਤੇ ਨਹੀਂ ਗਰਕ ਹੋਇਆ। ਆ ਫਟਦਾ ਪਿਆ, ਜੇ ਜਾਨ ਬਚਾਉਣੀ ਹੈ ਤੇ ਤੇਜ਼ੀ ਨਾਲ ਬਾਹਰ ਆ ਜਾਓ। ਸ਼ਹਿਰ ਨਹੀਂ ਗਰਕ ਹੋਇਆ, ਗੁੰਬਦ ਗਰਕ ਹੋ ਗਿਆ। ਇਹ ਕਿਵੇਂ ਬਾਹਰ ਆਇਆ, ਇਹ ਕਿਵੇਂ? ਹੁਣ ਇੱਥੇ ਸੂਰਜ ਪ੍ਰਕਾਸ਼ ਤੇ ਭਾਈ ਵੀਰ ਸਿੰਘ ਜ਼ਿਕਰ ਲਿਖਿਆ, ਕਹਿੰਦੇ ਜਦੋਂ ਪੀਰ ਬਾਹਰ ਆਇਆ, ਗੁੰਬਦ ਫਟਿਆ, ਘਬਰਾ ਕੇ ਬਾਹਰ ਨਿਕਲਿਆ, ਸ਼ਹਿਰ ਤੇ ਨਹੀਂ ਗਰਕ ਉਹਦਾ, ਗੁੰਬਦ ਗਰਕ ਹੋ ਗਿਆ। ਹੁਣ ਇਹਨੂੰ ਪਿਆਰ ਨਾਲ ਲੈਣਾ ਗੱਲ ਨੂੰ। ਕਹਿੰਦੇ ਜਿੰਨਾ ਸਿਆਲਕੋਟ ਸ਼ਹਿਰ ਉੱਥੇ ਇਕੱਠਾ ਹੋਇਆ ਸੀ ਟੋਟਲ, ਭਾਈ ਵੀਰ ਸਿੰਘ ਨੇ ਲਿਖਿਆ ਸਾਰਾ ਸ਼ਹਿਰ, ਟੋਟਲ ਸ਼ਹਿਰ ਜਿੰਨਾ ਇਕੱਠਾ ਹੋਇਆ ਸੀ, ਉਹ ਸਾਰਿਆਂ ਦੇ ਮੁੱਖ ਚੋਂ ਇੱਕ ਆਵਾਜ਼ ਆਉਣ ਲੱਗ ਪਈ। ਉਹ ਆਵਾਜ਼ ਕਿਹੜੀ ਸੀ ਜੀ? ਭਾਈ ਵੀਰ ਸਿੰਘ ਨੇ ਆਹ ਆਵਾਜ਼ ਲਿਖੀ ਹੈ ਜੀ, ਆਵਾਜ਼ ਨੂੰ ਪਿਆਰ ਨਾਲ ਪੜਿਓ ਜੀ, ਪੜ੍ਹਦੇ ਰੋਜ਼ ਅੱਜ ਪਿਆਰ ਨਾਲ ਪੜਿਓ ਜਿਵੇਂ ਉਹਨਾਂ ਨੇ ਪੜਿਆ। ਕਹਿੰਦੇ ਪੀਰ ਬਾਹਰ ਨਿਕਲਿਆ ਤੇ ਕਿਹੜੀ ਆਵਾਜ਼ ਆ ਰਹੀ? ਕਹਿੰਦੇ ਸਾਰਾ ਸ਼ਹਿਰ ਗੁਰੂ ਨਾਨਕ ਨੂੰ ਧੰਨ ਕਹਿ ਰਿਹਾ। ਉਹ ਕਿਹੋ ਜਿਹਾ ਸਮਾਂ ਹੋਏਗਾ ਜਰਾ ਬਿਰਤੀ ਬਣਾਓ ਕਿ ਉਹ ਪੀਰ ਬਾਹਰ ਆਇਆ ਤੇ ਸਾਰੇ ਕਿਹਦੇ ਗੁਣ ਗਾਉਂਦੇ ਪਏ ਨੇ, ਗੁਰੂ ਨਾਨਕ ਤੂੰ ਸ਼ਹਿਰ ਨੂੰ ਬਚਾ ਲੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹ ਜਦੋਂ ਆਵਾਜ਼ ਸੁਣੀ ਨਾ ਜੀ ਉਹ ਪੀਰ ਨੇ ਹਮਜ਼ਾ ਗੋਸ ਨੇ, ਇਕਦਮ ਸੋਚਦਾ ਇਹ ਨਾ ਕਿਤੇ ਸੁਣਿਆ ਹੋਇਆ, ਇਹ ਨਾ ਕਿਤੇ ਸੁਣਿਆ ਤੇ ਸੋਚਦਾ ਵੀ ਕਿੱਥੇ ਸੁਣਿਆ ਤੇ ਇਕਦਮ ਭਾਈ ਵੀਰ ਸਿੰਘ ਲਿਖਿਆ ਸੋਚ ਗਈ ਆਪਣੇ ਮੁਰਸ਼ਦ ਕੋਲੋਂ ਸੁਣਿਆ। ਜਿਹੜਾ ਪੀਰ ਦਾ ਮੁਰਸ਼ਦ ਸੀ ਨਾ ਉਹਦੇ ਕੋਲੋਂ ਉਹਨੇ ਨਾਂ ਸੁਣਿਆ ਸੀ ਗੁਰੂ ਨਾਨਕ ਮਹਾਰਾਜ। ਬਿਰਤੀ ਗਈ ਮੈਂ ਆਪਣੇ ਮੁਰਸ਼ਦ ਕੋਲੋਂ ਸੁਣਿਆ ਸੀ ਕਿ ਕੋਈ ਗੁਰੂ ਨਾਨਕ ਵਲੀ ਧਰਤੀ ਤੇ ਆਇਆ ਤੇ ਲਫ਼ਜ਼ ਲਿਖਿਆ
ہر ویلے اپنے الہی رنگ چ ہی رہندا ہے. کوئی گرو نانک ولی دھرتی تے آیا تے ہر ویلے اپنے الہی رنگ وچ رہندا ہے. اپنے چیلیاں نوں پوچھدا وے کون ہے گرو نانک؟ کہندے جی او دا ایک چیلا مردانہ سنیا لے کے آیا سی. کہندے پھر دسیا کیوں نہیں مینوں؟ او تے الہی رنگ والا کوئی مالک سی. ਅਸੀਂ ਤੁਹਾਡੇ ਤੋਂ ਡਰਦੇ, ਤੁਹਾਨੂੰ ਸੁਣਿਆ ਨਹੀਂ ਦਿੱਤਾ. ਜਿਹਨੂੰ ਕਹਿੰਦੇ ਕਲਪਣਾ ਤਾੜਨਾ, ਹੁਣ ਕਿੱਥੇ ਹੈ? ਕਹਿੰਦੇ ਉਹ ਬੇਰੀ ਥੱਲੇ ਬੈਠੇ. ਉਹ ਹਮਜਾ ਗੋਸ਼ ਪੀਰ ਗੁਰੂ ਨਾਨਕ ਮਹਾਰਾਜ ਕੋਲ ਉਸ ਬੇਰੀ ਥੱਲੇ ਦਰਸ਼ਨ ਕੀਤੇ, ਮੱਥਾ ਟੇਕਿਆ, ਨੰਡੋਤ ਕੀਤੀ. ਸਾਰਾ ਸ਼ਹਿਰ ਵੇਖ ਰਿਹਾ ਕਿਵੇਂ ਇੱਕ ਹੰਕਾਰੀ ਝੁਕ ਗਿਆ ਹੈ. ਆਖੋ ਸਤਨਾਮ, ਕਿਵੇਂ ਹੰਕਾਰੀ ਝੁਕ ਗਿਆ? ਗੁਰੂ ਨਾਨਕ ਮਹਾਰਾਜ ਕਹਿੰਦੇ, ਪੀਰ ਜੀ ਆ ਕੀ ਕਰ ਰਹੇ ਹੋ? ਸ਼ਿਲਾ ਇਸ ਵਾਸਤੇ ਸ਼ਹਿਰ ਗਰਜ ਕਰਨਾ? ਇਹਨੇ ਜਵਾਬ ਕੀ ਦਿੱਤਾ? ਗੀਗਾ, ਗੀਗਾ ਨਾਂ ਹੈ ਜੀ. ਉਸ ਸਿਆਲਕੋਟ ਕਹਿੰਦਾ ਜੀ ਇੱਥੇ ਇੱਕ ਗੀਗਾ ਨਾਂ ਦਾ ਖੱਤਰੀ ਹੈ, ਉਹਨੇ ਮੇਰੇ ਕੋਲ ਅਰਦਾਸ ਕਰਾਈ ਸੀ ਪੁੱਤਰ ਹੋਵੇ. ਸੁਣਿਓ ਆ ਫਿਰਤੀ ਜੇ, ਗੁਰੂ ਨਾਨਕ ਕਿੱਡਾ ਵੱਡਾ. ਕਹਿੰਦਾ ਜੀ ਇੱਥੋਂ ਦਾ ਇੱਕ ਖੱਤਰੀ ਹੈ ਗੀਗਾ, ਉਹਨੇ ਅਰਦਾਸ ਕਰਾਈ ਸੀ ਪੁੱਤਰ ਹੋਵੇ. ਅਤੇ ਹਮਜਾ ਗੋਸ਼ ਕਹਿੰਦਾ ਜੀ ਮੈਂ ਫਿਰ ਬੇਨਤੀ ਕੀਤੀ ਸੀ ਪੁੱਤਰ ਹੋਵੇ, ਅਤੇ ਉਸ ਗੀਗੇ ਨੂੰ ਕਿਹਾ ਸੀ ਪਹਿਲਾ ਪੁੱਤਰ ਤੂੰ ਮੇਰਾ ਚੇਲਾ ਬਣਾਉਣਾ, ਮੈਨੂੰ ਦੇਣਾ. ਤੇ ਮਹਾਰਾਜ ਉਹਦੇ ਤਿੰਨ ਪੁੱਤਰ ਹੋਏ ਪਰ ਉਹ ਮੁੱਕਰ ਗਿਆ. ਬੁਲਾਓ ਵੀ ਉਹਨੂੰ, ਉਹ ਵੀ ਆ ਗਿਆ, ਸਾਰਾ ਸ਼ਹਿਰ ਇਕੱਠਾ ਹੋਇਆ. ਤੂੰ ਪੁੱਤਰ ਕਿਉਂ ਨਹੀਂ ਦਿੱਤਾ ਇਹਨੂੰ? ਕਹਿਣ ਲੱਗਾ ਜੀ ਮੇਰੇ ਤਿੰਨ ਪੁੱਤਰ ਹੋਏ ਨੇ ਪਰ ਮੈਂ ਹਿੰਦੂ ਹਾਂ, ਪੀਰ ਮੁਸਲਮਾਨ ਨੇ, ਮੇਰਾ ਮਨ ਨਹੀਂ ਮੰਨਿਆ, ਮੈਂ ਕਿਵੇਂ ਦੇ ਦੇਵਾਂ? ਮੈਂ ਇਸ ਪੀਰ ਜੀ ਨੂੰ ਆਖਿਆ ਸੀ ਜਿੰਨੀ ਮਾਇਆ ਕਹਿੰਦੇ ਹੋ ਮੈਂ ਭੇਟਾ ਕਰ ਦਿੰਦਾ, ਪੁੱਤਰ ਇੱਕ ਮੋਹ ਕਰਕੇ ਨਹੀਂ ਦੇ ਸਕਦਾ, ਇੱਕ ਇਸ ਕਰਕੇ ਵੀ ਮੈਂ ਹਿੰਦੂ ਹਾਂ, ਤੁਸੀਂ ਦੂਜੇ ਧਰਮ ਨਾ ਸੁਣ. ਆ ਦੋ ਕਾਰਨ ਸੀ ਮੇਰੇ. ਤੇ ਗੁਰੂ ਨਾਨਕ ਮਹਾਰਾਜ ਉਹ ਪੀਰ ਨੂੰ ਕਹਿੰਦੇ ਹੈ, ਪੀਰ ਜੀ ਇਹ ਅਸੂਲ ਕੀ ਹੋਇਆ ਕਿ ਇਹੋ ਜਿਹੀਆਂ ਮੰਗਾਂ ਰੱਖਣੀਆਂ? ਦੂਸਰਾ ਇਹ ਕੀ ਅਸੂਲ ਹੋਇਆ ਤੁਹਾਡੇ ਮੁਤਾਬਕ ਗਲਤੀ ਇੱਕ ਕਰੇ ਤੇ ਸਜ਼ਾ ਸਾਰੇ ਸ਼ਹਿਰ ਨੂੰ? ਆਪੋ ਸਾਧਨਾ ਹੁਣ ਸੁਣਿਓ ਅੱਗੋਂ ਪਤਾ ਕੀ ਕਹਿੰਦਾ ਹਮਜਾ ਗੋਸ? ਕਹਿੰਦਾ ਮਹਾਰਾਜ ਇਹ ਸਾਰਾ ਸ਼ਹਿਰ ਕਾਫਰਾਂ ਦਾ ਹੈ, ਇਹਨੂੰ ਗਰਕ ਹੋਣ ਦੇਣਾ ਸੀ. ਵੇਖੋ ਇਹ ਕਾਫਰਾਂ ਦਾ ਸ਼ਹਿਰ. ਗੁਰੂ ਨਾਨਕ ਮਹਾਰਾਜ ਕਹਿੰਦੇ ਗਲਤੀ ਇੱਕ ਕਰੇ ਸਜ਼ਾ ਸਾਰਿਆਂ ਨੂੰ, ਗਲਤੀ ਉਹ ਵੀ ਕੋਈ ਨਹੀਂ, ਫਕੀਰਾਂ ਦੇ ਆ ਕੰਮ ਹੈ ਹੀ ਨਹੀਂ, ਸੱਚੇ ਫਕੀਰਾਂ ਦੇ. ਉੱਥੇ ਫਿਰ ਗੁਰੂ ਨਾਨਕ ਨੇ ਇੱਕ ਬਚਨ ਬੋਲਿਆ ਜੀ, ਬੜਾ ਪਿਆਰਾ ਬਚਨ ਹੈ. ਕਰੀ ਵੀਰ ਬੋਲੇ ਕਰੀ ਭੈਣ ਤੇ ਗੁਰੂ ਨਾਨਕ ਦਾ ਬਚਨ ਉਸ ਫਕੀਰ ਨੂੰ ਸੁਣਾਇਆ. ਫਕੀਰ ਫਕੀਰ ਦੀ ਦ੍ਰਿਸ਼ਟੀ ਕਿਹੋ ਜਿਹੀ ਹੋਵੇ? ਰੱਬ ਪਿਓ ਸ੍ਰਿਸ਼ਟੀ ਕੋਲਾ, ਹਾਂਜੀ ਰੱਬ ਪਿਓ ਤੇ ਸ੍ਰਿਸ਼ਟੀ ਓਲਾ, ਰੱਬ ਪਿਓ ਸ੍ਰਿਸ਼ਟੀ ਓਲਾ, ਸ੍ਰਿਸ਼ਟੀ ਓਲਾ. ਬੋਲੋ ਭੈਣੋ, ਰੱਬ ਰੱਬ ਪਿਓ ਤੇ ਸ੍ਰਿਸ਼ਟੀ ਓਲਾ,
کئی سمجھے ہون گے نہیں ਧਰਤੀ ਤੇ ਇਸ ਢੰਗ ਨਾਲ ਜੀਵੋ ਗੁਰੂ ਨਾਨਕ ਕਹਿੰਦੇ ਅੱਲਾ ਨੂੰ ਰੱਬ ਨੂੰ ਪਿਓ ਸਮਝੋ ਉਹਦੀ ਖਰਕਤ ਉਹਦੀ ਖਲਕਤ ਨੂੰ ਸ੍ਰਿਸ਼ਟੀ ਨੂੰ ਉਹਦੀ ਔਲਾਦ ਸਮਝੋ ਰੱਬ ਨੂੰ ਪਿਓ ਤੇ ਸ੍ਰਿਸ਼ਟੀ ਉਹਦੀ ਜਿਹੜੀ ਰੱਬ ਦੀ ਨਾ ਉਹਨੂੰ ਔਲਾਦ ਸਮਝੋ ਆਖੋ ਸਤਨਾਮ ਹੁਣ ਇੱਥੇ ਪੰਜ ਬਚਨ ਕੀਤੇ ਜੇ ਗੁਰੂ ਨਾਨਕ ਸਾਹਿਬ ਉਹ ਮੈਂ ਪੰਜ ਬਚਨ ਕਈ ਵਾਰੀ ਡੀਸੀ ਭਾਜੀ ਨੂੰ ਕਹਿੰਦਾ ਜਿਹੜੇ ਸਫਸਲਾ ਰਸਾਲੇ ਦਾ ਕੰਟਰੋਲ ਕਰਦੇ ਵੀ ਇਹੋ ਜਿਹੇ ਵਚਨ ਭਾਵੇਂ ਵੱਖਰੇ ਕਰਕੇ ਛਾਪ ਕੇ ਰਸਾਲੇ ਰਾਹੀਂ ਕਿਵੇਂ ਇਹ ਬੜੇ ਕਿਤੇ ਕਿਤੇ ਫਿਰ ਲੱਭਦੇ ਹੁਣ ਉਹ ਬੇਰੀ ਥੱਲੇ ਉਸ ਫਕੀਰ ਨੂੰ ਭਰੀ ਖਲਕਤ ਭਰੇ ਸ਼ਹਿਰ ਵਿੱਚ ਗੁਰੂ ਨਾਨਕ ਸਾਹਿਬ ਨੇ ਪਹਿਲਾ ਵਚਨ ਕੀਤਾ ਉਹ ਕੀ ਸੀ ਫਕੀਰ ਹਮਜਾ ਗੋਸ ਪੀਰ ਪੀਰ ਉਹ ਹੈ ਫਕੀਰ ਉਹ ਹੈ ਇਹ ਪਹਿਲਾ ਬਚਨ ਕੀਤਾ ਪੀਰ ਉਹ ਹੈ ਫਕੀਰ ਉਹ ਹੈ ਜਿਹੜਾ ਰੱਬ ਦੇ ਬੱਚਿਆਂ ਨਾਲ ਵੀ ਲਾਡ ਲਡਾਵੇ ਆਖੋ ਸਾਹਿਬ ਸ਼ੇਲਾ ਰੱਖ ਲਿਆ ਮੈਂ ਸ਼ਹਿਰ ਹੀ ਕਰਕੇ ਪੀਰ ਫਕੀਰ ਉਹ ਹੁੰਦਾ ਜਿਹੜਾ ਰੱਬ ਦੇ ਬੱਚਿਆਂ ਨਾਲ ਵੀ ਲਾਡ ਲੜਾਵੇ ਗੱਜ ਕੇ ਆਖੋ ਸਤਨਾਮ ਇਹ ਪਹਿਲਾ ਬਚਨ ਗੁਰੂ ਨਾਨਕ ਮਹਾਰਾਜ ਨੇ ਕੀਤਾ ਦੂਜਾ ਬਚਨ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਫਕੀਰ ਦਾ ਕੰਮ ਇਹ ਨਹੀਂ ਕੈਰ ਕਰਨਾ ਫਕੀਰ ਦਾ ਕੰਮ ਇਹ ਨਹੀਂ ਕੈਰ ਕਰਨਾ ਫਕੀਰ ਦਾ ਕੰਮ ਹੁੰਦਾ ਮੇਰ ਕਰਨਾ ਆਖੋ ਸਾਧਨਾ ਫਕੀਰ ਦਾ ਕੰਮ ਕੈਰ ਨਹੀਂ ਮੇਰ ਕਰਨਾ ਹੁੰਦਾ ਹੋਏ ਹੋਏ ਤੀਸਰਾ ਬਚਨ ਗਰੀਬ ਨਵਾਜ ਗੁਰੂ ਨਾਨਕ ਮਹਾਰਾਜ ਨੇ ਉਸ ਹਮਜਾ ਗੋਸ ਪੀਰ ਦੀ ਝੋਲੀ ਚ ਪਾਇਆ ਸਤਸੰਗ ਸੁਣਨ ਵਾਲਾ ਜੀ ਗੁਰੂ ਨਾਨਕ ਕਹਿੰਦੇ ਪੀਰ ਫਕੀਰ ਦਰਵੇਸ਼ ਉਹ ਨਹੀਂ ਜਿਹੜਾ ਕੈਰ ਦੇ ਹੱਥ ਵਿਕ ਜਾਵੇ ਕੋਈ ਸੰਤ ਮਹਾਤਮਾ ਪੀਰ ਫਕੀਰ ਕੀਰਤਨੀਆਂ ਗੁਰੂ ਕਾ ਸਿੱਖ ਰੰਗਿਆ ਗੁਰਸਿੱਖ ਗੁਰਮੁਖ ਇਹ ਸਭ ਆਪਣੇ ਤੇ ਲਿਓ ਗੁਰਮੁਖ ਗੁਰਸਿੱਖ ਉਹ ਨਹੀਂ ਜਿਹੜਾ ਗੁਰਮੁਖ ਗੁਰਸਿੱਖ ਹੈ ਉਹ ਰੱਬ ਦੇ ਬੰਦਿਆਂ ਨਾਲ ਲਾਡ ਲੜਾ ਜੋ ਪੀਰ ਫਕੀਰ ਔਲੀਆ ਗੁਰਮੁਖ ਗੁਰਸਿੱਖ ਹੈ ਉਹਦਾ ਕੰਮ ਕੈਰ ਨਹੀਂ ਮੇਰ ਕਰਨਾ ਜੋ ਗੁਰਮੁਖ ਗੁਰਸਿੱਖ ਪੀਰ ਫਕੀਰ ਦਰਵੇਸ਼ ਔਲੀਆ ਇਸ ਲਾਈਨ ਤੇ ਤੁਰ ਪਿਆ ਉਹ ਕਦੀ ਵੀ ਕੈਰ ਦੇ ਹੱਥ ਵਿੱਚ ਨਾ ਵੇਖੇ ਆਖੋ ਸਤਨਾਮ ਦੋ ਵਚਨ ਹੋਰ ਗੁਰੂ ਨਾਨਕ ਸਾਹਿਬ ਕੀਤੇ ਇੱਕ ਵਾਰੀ ਫਿਰ ਕਹਿ ਦਿਓ ਜੀ ਰੱਬ ਪਿਓ ਤੇ ਸ੍ਰਿਸ਼ਟੀ ਨੂੰ ਲਾਡ ਰੱਬ ਪਿਓ ਤੇ ਸ੍ਰਿਸ਼ਟੀ ਨੂੰ ਲਾਡ ਬੋਲੋ ਭੈਣੋ ਕੈਰ ਦੇ ਹੱਥਾਂ ਚ ਵਿਕ ਜਾਵੇ ਚੌਥਾ ਬਚਨ ਫਕੀਰ ਦਾ ਕੰਮ ਦਰਵੇਸ਼ ਦਾ ਕੰਮ ਪੀਰ ਦਾ ਕੰਮ ਠੰਡ ਦੇਣੀ ਹੈ ਦੁੱਖ ਦੇਣਾ
سب گرمک گرسک تسی بھی گرنانک دے کر دے فقیر اپنے دے لیں اور پنجمہ بچن جے کہن دے پیر فقیر درویش آئے آئے پیر فقیر درویش پریتم دے درشنا دا پیاسا ہووے تے دوجیانوں بھی پریت لا دے آکھو ساتنہا پیر فقیر درویش پریتم دے درشنا دا پیاسا ہووے تے دوجیانوں بھی پریت لا دے دے آجڑا 300 کروڑ جاب دا پرالا ہے نا انہوں جرا ہونا پنجمے بچن چو سنبھال لے ہو سانوں بھی وہ بھی پیاس لگے تے دوجیانوں بھی پریت لا دے ہو ساتھ جی جدوں گرو نانک مہاراج نے یہ بچن کیتے من ونیا گیا پر کی کہندا ہے کہندا ہے مہاراج میری گل منو اے شہر کافراں دا کافراں مہاراج کہندے پھر وکھائیے توں کہنا سارا شہر کافراں جی کیویں وکھاؤ گے سنیو دو پیسے دتے دو پیسے مردانہ جی نو ہم جا گوش تم ایتھے بیٹھے ہیں اسی بھی بیٹھے ہیں اے مردانہ چلے ہے شہر یا مردانے ہیں پیسے دا سچ لے کے آ تے پیسے دا چوٹ خرید کے آ دو پیسے ہن مردانہ جدے کول جاندا ہے او سارے ہی مزاق کردے ہیں بھائی آ وی کوئی چیز ہے جیڑی وک جاوے سچ جھوٹ بھی کدی مل ملتا سارے مزاق کرتے آ کی منگتا پہ پیسے دا سچ تے پیسے دا جھوٹ دوجے کو گئے وہی مزاق کر تیجے کو گئے وہی مزاق کر ہن ویکھو سنن والا بچن جدو مردانہ جی چوتھے کول گئے بھی گرو نانک نے بھیجا پیسے دا سچ تے پیسے دا جھوٹ انہیں دو پیسے رکھ لے دو پیسے رکھ لے تے ایک کاغذ لیا ایک کاغذ تے لکھ دیتا جیونا جھوٹ واہگرو مرنا جیونا جھوٹ تے مرنا سچ آکھو سچ کاغذ تے لکھ دیتا جیونا جھوٹ تے مرنا سچ او کاغذ ولیٹ لیا مردانہ جی لے کے آئے بابا نانک کہندے مردانے لیندا ہی پیسے دا سچ پیسے دا جھوٹ ہاں مر لیا دکھا سارے سامنے جدو کاغذ کڈیا نا جہد سے لکھیا سی جیونا جھوٹ بڑی وڈی گل لکھی گرو نانک صاحب نے نا وہ کاغذ اس حمزا گوس پیر دے اگے کیتا بھی آ پڑھ تو کہنا شہر کوئی چنگا بندہ نہیں سارے کافر نے آ ویکھ اس سیالکوٹ ایہو جے گنی بندے بھی نے جڑے جیون نو گنتے جھوٹ نے بڑی وڈی وسط ہے جڑے مرن نو سچ کہندے نے تے جیون نو جھوٹ گنتے کہندے گج کے ساتھ ہن دس سمجھا گوس تو ایک پتر نہیں دتا گیگے نے خطری گیگا ایک پتر نہیں دتا تے سارے شہر نو گرکن لگا ہے لوبی تو ہے کہ آ تیرے شہر ایہو جے بھی نے جنہاں نو ایڈا لوب تو پرے نے کہ او جیون نو گنتے جھوٹ نے موت نو سچ گنتے ساتھ سنگت اودے ہوش ٹکانے آ گئے واقعی اس شہر چ ایڈے ایڈے گنی بندے رہندے جڑے جیون نو جھوٹ گنتے تے موت نو سچ کے بڑی وڈی وسط ہے جے تہاڈے چ جدی بن جاوے جدی اوستھا بن جائے نا جیونا جھوٹ مرنا سچ ساد سنگت جی او دی چنتا رہندی کوئی جدی اوستھا بن جائے نا جیونا جھوٹ مرنا سچ میں گرو دی زوری چ کہنا او کدی نندیا کردا ہی نہیں جنہیں مرنو سچ سمجھ لیا ہے کہ کل چڑھنا کہ نہیں جنہیں مرنو سچ سمجھ لیا ہے کہ ایک ایک دن میرا کٹدا جا رہا ہے وہ اصلی وپار کردا گج کے آنکھوں ساتھ نال
ਇਹ ਅਵਸਥਾ ਬੜੀ ਵੱਡੀ ਬਹੁਤ ਭਾਰੀ ਪਿਆਰੀ ਗੁਰੂ ਨਾਨਕ ਸਾਹਿਬ ਕਹਿੰਦੇ ਐਡੇ ਐਡੇ ਗੁਣੀ ਬੰਦੇ ਸ਼ਹਿਰ ਤੈਨੂੰ ਦਿਖਾਤੇ ਆ ਤੇਰੇ ਤੋਂ ਵੀ ਉੱਚੀ ਅਵਸਥਾ ਵਾਲੇ ਤੇ ਫਿਰ ਦਾਸ ਦਾ ਦਿਲ ਕੀਤਾ ਸਿਰਫ ਪੰਜ ਮਿੰਟ ਦਾ ਜ਼ਿਕਰ ਰਹਿ ਗਿਆ ਤੇ ਉਹ ਆਪ ਜੀ ਸਰਵਣ ਕਰਕੇ ਕਿਰਪਾ ਕਰਨੀ ਉਸ ਗੁਰੂ ਨਾਨਕ ਨੇ ਜਦੋਂ ਇਤਨਾ ਤੀਰ ਮਾਰੇ ਤੇ ਮਨ ਵਿਖ ਗਿਆ ਵਿੰਨਿਆ ਗਿਆ ਅੰਦਰ ਬਦਲ ਗਿਆ ਇੱਕ ਵਾਰੀ ਗੁਰੂ ਨਾਨਕ ਨੂੰ ਕਹਿ ਦੀ ਇੱਕ ਵਾਰੀ ਵੀਰ ਕਹਿਓ ਇੱਕ ਵਾਰੀ ਪੈਣਾ ਜੀ ਇਸ ਗੁਰ ਕੋ ਵੱਡ ਪੁੰਨ ਹੈ ਇਸ ਗੁਰ ਕੋ ਵੱਡ ਪੁੰਨ ਹੈ ਇਸ ਗੁਰ